ਵੱਡੇ ਜੀ, ਅਸਲ ਦੇ ਵਿੱਚ ਸਮਾਜ ਦੇ ਵਿੱਚ ਲੋਕ ਧਾਰਾ ਲਾਮਬੰਦ ਹੋ ਜਾਵੇ ਤਾਂ ਕਹਿ ਸਕਦਾ ਵੀ ਹੁਣ ਇਹ ਨਸ਼ਿਆਂ ਵਾਲੇ ਪਾਸੇ ਜਾ ਰਿਹਾ, ਕਿਉਂਕਿ ਪਹਿਲਾਂ ਅਸੀਂ ਤੁਹਾਨੂੰ ਅਪੀਲਾਂ ਕਰਦੇ ਰਹੇ, ਤੁਸੀਂ ਆਪਣੇ ਤੌਰ 'ਤੇ ਵੀ ਇਸ ਦੇ ਵਿੱਚ ਕੋਸ਼ਿਸ਼ ਕਰਦੇ ਰਹੇ, ਪਰ ਜਿਹੜੀ ਅੱਜ ਇਹ ਗੱਲ ਵੇਖਣ ਨੂੰ ਮਿਲ ਰਹੀ ਆ, ਅੱਜ ਵਾਕਿਆ ਹੀ ਇੱਥੇ ਨਸ਼ੇ ਰੂਪੀ ਦੈਂਤ ਦੇ ਹਿੱਕ ਦੇ ਵਿੱਚ ਹੋਊਗਾ ਅਤੇ ਉਹਦਾ ਸਦਾ ਲਈ ਖਾਤਮਾ ਹੋ ਜੂ। ਇਹ ਤੁਹਾਡੇ ਲਾਮਬੰਦੀ ਤੋਂ ਮੈਨੂੰ ਇਹੀ ਉਮੀਦ। ਬਾਕੀ ਦੇਖੋ, ਸਮਾਜ ਦੇ ਵਿੱਚ ਇਹ ਜਿਹੜਾ ਕੋਹੜ ਫੈਲਿਆ ਹੋਇਆ, ਇਹਦਾ ਤੁਹਾਡੇ ਸਹਿਯੋਗ ਦੇ ਨਾਲ, ਸਾਰਿਆਂ ਦੇ ਸਹਿਯੋਗ ਨਾਲ ਹੀ ਇਹਦਾ ਅੰਤ ਹੋਣਾ। ਦੇਖੋ, ਜਿਹੜੇ ਪੀਣ ਵਾਲੇ ਆ ਉਹ ਵੀ ਸਾਡੇ ਭੁੱਲੇ ਭਟਕੇ ਬੱਚੇ ਆ। ਪਹਿਲੀ ਗੱਲ, ਆਪਾਂ ਜੇ ਉਹਨਾਂ ਦਾ, ਜਿਵੇਂ ਮੇਰੇ ਬੁਲਾਰੇ ਪੀਰਾਂ ਨੇ ਦੱਸਿਆ, ਆਪਾਂ ਉਹਨਾਂ ਦਾ, ਉਹਨਾਂ ਨੂੰ ਪਿੰਡਾਂ ਦੇ ਵਿੱਚ ਹੁਣ ਦੇਖੋ ਸਾਰੇ ਇਕੱਠੇ ਹੋ ਗਏ। ਹੁਣ ਤੁਸੀਂ, ਹੁਣ ਕੋਈ ਇਹ ਨਹੀਂ ਕਹਿ ਸਕਦਾ ਵੀ ਤੂੰ ਸਾਡੇ ਮੁੰਡੇ ਨੂੰ ਕਿਉਂ ਕਹਿ ਰਿਹਾ ਜਾਂ ਵੀ ਇਹ ਤਾਂ ਕੋਈ ਗੱਲ ਹੀ ਨਹੀਂ ਇਹ ਜੀ। ਹੁਣ ਸਾਰੇ ਲਾਮਬੰਦ ਹੋ ਗਏ, ਸਾਰਿਆਂ ਵਿੱਚ ਚਾਨਣ ਫੈਲ ਗਿਆ। ਹੁਣ ਪਹਿਲੀ ਤਾਂ ਗੱਲ ਆ ਵੀ ਆਪਾਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭੱਟੇ ਭਰਾ ਨਸ਼ੇ ਦੇ ਚਿੱਟੇ ਦੀ ਲੱਤ ਦੇ ਵਿੱਚ ਆ ਚੁੱਕੇ ਆ, ਉਹਨਾਂ ਦੇ ਘਰੋਂ ਘਰ ਇਹ ਮੈਸੇਜ ਪਹੁੰਚਾਈਏ ਵੀ ਜਾਂ ਤਾਂ ਆਪਣਾ ਇਲਾਜ ਕਰਵਾ ਲਓ, ਉਹਨਾਂ ਦੇ ਮਾਪਿਆਂ ਤੱਕ ਇਹ ਗੱਲ ਪਹੁੰਚਾਈਏ। ਕਈ ਵਾਰੀ ਸਾਡੇ ਕੋਲ ਜਦੋਂ ਅਸੀਂ ਕਿਸੇ ਏਦਾਂ ਭੁੱਲੇ ਭਟਕੇ ਨੂੰ ਕਦੇ ਫੜ ਲਈਦਾ ਤੇ ਜਦੋਂ ਉਹਦੇ ਮਾਪਿਆਂ ਨੂੰ ਬੁਲਾ ਕੇ ਪੁੱਛੀਦਾ ਤੇ ਮਾਪੇ ਉਹਦੀ ਇਹ ਹਰਕਤਾਂ ਤੋਂ ਅਣਜਾਣ ਹੁੰਦੇ ਆ। ਮਾਪਿਆਂ ਨੂੰ ਉਹੀ ਬੱਚਾ ਜਿਹੜਾ ਰੁੜਦਾ ਹੋਇਆ ਜਵਾਨ ਹੋਇਆ, ਮਾਪਿਆਂ ਨੂੰ ਉਹਦੇ ਵਿੱਚ ਉਹਦਾ ਉਹੀ ਭੋਲਾਪਣ ਦਿਖਾਈ ਦਿੰਦਾ। ਹਰੇਕ ਮਾਪੇ ਲਈ ਆਪਣਾ ਬੱਚਾ ਸਲਾਘੀ ਹੁੰਦਾ। ਇਸ ਕਰਕੇ ਪਹਿਲੀ ਤਾਂ ਗੱਲ ਆ ਵੀ ਉਹਨਾਂ ਤੱਕ, ਉਹਨਾਂ ਦੇ ਘਰਾਂ ਤੱਕ, ਉਹ ਬੱਚਿਆਂ ਤੱਕ ਇਹ ਮੈਸੇਜ ਪਹੁੰਚਾਈਏ ਵੀ ਭਾਈ ਹੁਣ ਇਹ ਨਸ਼ੇ ਕਰਨ ਦਾ, ਚਿੱਟੇ ਲਾਉਣ ਦਾ ਬੇੜਾ ਨਹੀਂ ਰਹਿ ਗਿਆ। ਹੁਣ ਅਸੀਂ ਇਕੱਲਾ ਤੁਹਾਡੇ ਮਾਪੇ ਨਹੀਂ, ਅਸੀਂ ਹੁਣ ਸਾਰੇ ਤੁਹਾਡੇ ਵਰਕਲਾਪ ਖੜੇ ਹਾਂ ਅਤੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ। ਉਹਦਾ ਦੇਖੋ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਉਹਨਾਂ ਦਾ ਮੁਫ਼ਤ ਇਲਾਜ ਹੁੰਦਾ। ਅਤੇ ਦੂਸਰੀ ਗੱਲ, ਹੁਣ ਜਿਹੜਾ ਦੂਸਰਾ ਵੇਚਣ ਵਾਲਾ, ਜਦੋਂ ਤੁਸੀਂ ਇੱਦਾਂ ਲੋਕ ਲਾਮਬੰਦ ਹੋ ਗਏ ਅਤੇ ਵੇਚਣ ਵਾਲੇ ਨੂੰ ਤਾਂ ਅੱਜ ਰਾਤ ਤੋਂ, ਮੇਰੇ ਹਿਸਾਬ ਨਾਲ ਅੱਜ ਰਾਤ ਤੋਂ ਉਹਨੂੰ ਨੀਂਦ ਨਹੀਂ ਆਉਣੀ। ਉਹਨੂੰ ਪਤਾ ਲੱਗ ਜਾਣਾ ਵੀ ਜਿਹੜੀਆਂ ਮੇਰੀਆਂ ਕਾਲੀਆਂ ਕਰਤੂਤਾਂ, ਇਹਦਾ ਭਾਂਡਾ ਫੁੱਟ ਚੁੱਕਾ। ਹੁਣ ਲੋਕ ਲਾਮਬੰਦ ਹੋ ਚੁੱਕੇ ਆ ਅਤੇ ਲੋਕ ਡਾਂਗਾਂ ਲੈ ਕੇ ਉਹਦਾ ਸਿਰ ਫੇਣ ਦੇ ਲਈ ਤਿਆਰ ਆ। ਮੈਂ ਸੱਚੀ ਮੁੱਚੀ ਸਿਰ ਫੇਣ ਦੀ ਨਹੀਂ ਗੱਲ ਕਰਦਾ, ਮਤਵਾਲਾ ਉਹਨੂੰ ਆਪਦੇ ਆਪ ਅਹਿਸਾਸ ਹੋਣ ਵਾਲੀ ਗੱਲ ਆ ਵੀ ਮੇਰਾ ਹੁਣ ਇਹ ਜਿਹੜਾ ਕਾਰੋਬਾਰ ਆ ਬੜਾ ਨਹੀਂ ਚੱਲ ਸਕਦਾ। ਦੇਖੋ ਬੀਬੀਆਂ ਆਈਆਂ, ਇਹ ਵੀ ਇੱਕ ਇਹ ਦੁਖੀ ਆਤਮਾ ਹੋ ਕੇ ਇੱਥੇ ਪਹੁੰਚੀਆਂ। ਦੇਖੋ ਹੈ ਆਪਾਂ ਸਾਰੇ ਦੁਖੀ ਇਹ ਨਸ਼ੇ ਦੀ ਲੱਤ ਤੋਂ, ਆਪਾਂ ਸਾਰੇ ਦੁਖੀ ਹਾਂ। ਪਰ ਹਜੇ ਤੱਕ ਆਪਾਂ ਇਹ ਬੈਠੇ ਸੋਚ ਰਹੇ ਸੀ ਵੀ ਕੋਈ ਮੂਹਰੇ ਲੱਗੇ, ਕੋਈ ਕਮਾਂਡ ਕਰੇ। ਹੁਣ ਜਦੋਂ ਤੁਸੀਂ ਸਾਰੇ ਉੱਠ ਖੜੇ ਹੋ, ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਤੁਹਾਡੇ ਆਪ ਤੁਹਾਡੇ ਪਿੰਡਾਂ 'ਚ ਕੀ, ਜੇ ਪੰਜਾਬ ਦੇ ਵਿੱਚ ਵੀ ਇਹ ਲੋਕ ਲਹਿਰ ਬਣ ਜਾਣੀ ਆ ਅਤੇ ਹੁਣ ਨਸ਼ੇ ਦਾ ਪੰਜਾਬ ਦੇ ਵਿੱਚੋਂ ਅੰਤ ਹੋਇਆ ਕੀ ਲਓ। ਅਤੇ ਬਾਕੀ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਤਾਂ ਹੁਣ ਵਾਰਨਿੰਗ ਹੈਗੀ ਆ ਵੀ ਜਾਂ ਤਾਂ ਉਹ ਆਪਣੀ ਕਾਲੀਆਂ ਕਰਤੂਤਾਂ ਤੋਂ ਆਪਣੀਆਂ ਤੋਂ ਬਾਜ ਆ ਜਾਣ, ਨਹੀਂ ਤਾਂ ਫਿਰ ਉਹਨਾਂ ਦਾ ਜੇਲ੍ਹ ਦਾ ਰਸਤਾ। ਅਤੇ ਇਹ ਵੀ ਹੈ ਨਹੀਂ ਗੱਲ, ਹੁਣ ਸਜ਼ਾ ਵੀ ਹਰ ਹਾਲ ਦੇ ਵਿੱਚ ਸਜ਼ਾ ਵੀ ਹੁੰਦੀ ਆ। ਇੱਕ ਬੰਦੇ ਨੂੰ 5-7 ਸਾਲ ਜੇਲ੍ਹ ਦੇ ਵਿੱਚ ਨਸ਼ਿਆਂ ਕਰਕੇ ਕੱਟ ਲੂ, ਉਹਦੀ ਅੱਧੀ ਜਵਾਨੀ ਰੁਲ ਜਾਂਦੀ ਆ। ਅਤੇ ਬਾਕੀ ਨਸ਼ਿਆਂ ਦੀ ਹੁਣ ਸਰਕਾਰ ਨੇ ਵੀ ਜਿਹੜੇ ਨਸ਼ਿਆਂ ਦੇ ਪ੍ਰਤੀ ਇੰਨੇ ਸਖ਼ਤ ਕਾਨੂੰਨ ਬਣਾ ਤੇ ਵੀ ਜਿਹੜਾ ਨਸ਼ੇ
ਪਿਛਲੇ ਜਦੋਂ ਨਸ਼ੇ ਦਾ ਪਰਚਾ ਹੋ ਜਾਣਾ, ਜੇ 6 ਸਾਲ ਪਹਿਲਾਂ ਤੱਕ ਦੀ ਜਿਹੜੀ ਕੋਈ ਉਹਨੇ ਕੋਈ ਵੀ ਕਿਸੇ ਪ੍ਰਕਾਰ ਦੀ ਜ਼ਮੀਨ ਜਾਇਦਾਦ, ਕੋਈ ਗੱਡੀ, ਕੋਈ ਮੋਟਰਸਾਈਕਲ, ਸਕੂਟਰ ਕੁਛ ਲਿਆ ਹੋਊ, ਉਹ ਵੀ ਜ਼ਬਤ ਸਰਕਾਰ ਹੋਣ ਦੇ ਸਰਕਾਰ ਨੇ ਕਾਨੂੰਨ ਪਾਸ ਕਰਤਾ। ਅਤੇ ਬਾਕੀ ਦੇਖੋ ਮੇਰੇ ਵੀਰੋ ਭਰਾਵੋ, ਇਹ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਆਪਾਂ ਤਕਾਂਜਲੀ ਦੇ ਕੇ ਦੇਖੋ, ਆ ਗਰਾਊਂਡਾਂ ਆਪਣੀਆਂ ਸਾਰੀਆਂ ਖਾਲੀ ਪਈਆਂ। ਨੌਜਵਾਨ ਹੁਣ ਇਹ ਦੇਖਿਆ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟਾਂ ਵੱਲ ਰਾਹ ਕਰੀ ਜਾਂਦੇ, ਉਹਦੇ ਰਾਹਾਂ 'ਤੇ ਖੜ੍ਹੇ ਰਹਿੰਦੇ ਆ, ਜਾਂ ਪਿੰਡ ਦੇ ਚੁਰਸਤਿਆਂ ਲਾਗੇ, ਜਾਂ ਜਿਹੜੀਆਂ ਬਾਹਰ ਸੁੰਨੀਆਂ ਰਸਤਾ ਸੜਕਾਂ ਉਹਦੇ 'ਤੇ ਟੋਲੀਆਂ ਬੰਨ ਬੰਨ ਕੇ ਨਸ਼ੇ ਜਿਹੜੇ ਵਰਤੋਂ ਕਰਨ ਵਾਲੇ ਉਸ ਪਾਸੇ ਨੂੰ ਜਾਂਦੇ ਆ। ਹੁਣ ਆਪਾਂ ਇਹਨਾਂ ਨੂੰ ਉਸ ਪਾਸੇ ਤੋਂ ਮੋੜ ਕੇ ਲਿਆ ਕੇ ਗਰਾਊਂਡਾਂ ਵੱਲ ਇਹਨਾਂ ਦਾ ਮੂੰਹ ਕਰੀਏ। ਘਰੇ ਹੋਰ ਖਾਣ ਨੂੰ ਬਥੇਰੀਆਂ ਚੀਜ਼ਾਂ, ਦੁੱਧ, ਘਿਓ, ਸਾਡਾ ਪੰਜਾਬ ਦਾ ਵਿਰਸਾ, ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਦਈਏ, ਖੇਡਾਂ ਵੱਲ ਲੈ ਕੇ ਜਾਈਏ, ਨਾ ਕਿ ਨਸ਼ਿਆਂ। ਨਸ਼ਾ ਤਾਂ ਕੋਈ ਚੀਜ਼ ਨਹੀਂ, ਇਹ ਨਸ਼ਾ ਸਾਡਾ ਜਿਹੜੇ ਮਾੜੇ ਅੰਸਰਾਂ ਨੇ ਭੁੱਲੇ ਭਟਕੇ ਜਿਹੜੇ ਨੌਜਵਾਨਾਂ ਨੂੰ ਆਪਣੀ ਗ੍ਰਸਤ ਦੇ ਵਿੱਚ ਲੈ ਕੇ ਨਸ਼ੇ ਵਾਲੇ ਪਾਸੇ ਲਾਤਾ। ਇਹ ਬੜੀ ਖੁਸ਼ੀ ਦੀ ਗੱਲ ਆ, ਅਤੇ ਅਸੀਂ ਪ੍ਰਸ਼ਾਸਨਿਕ ਤੌਰ 'ਤੇ ਮੈਂ ਤੁਹਾਡੇ ਨਾਲ ਮੈਂ ਹੱਥ ਖੜਾ ਕਰਨ ਨੂੰ ਤਿਆਰ ਹਾਂ ਵੀ ਦੇਖੋ ਜਿਹੜਾ ਅਸੀਂ ਤੁਹਾਡੇ ਨਾਲ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਜਿਹੜਾ ਨਸ਼ੇ ਵੇਚਣ ਵਾਲੇ ਨੂੰ ਕਿਸੇ ਵੀ ਪ੍ਰਕਾਰ ਬਖਸ਼ਿਆ ਨਹੀਂ ਜਾਊਗਾ। ਇਹ ਇਹਨਾਂ ਦੀ ਗੱਲ ਠੀਕ ਆ, ਜਿਹੜਾ ਕੋਈ ਪੀਣ ਦਾ ਵੀ ਆਦੀ ਆ ਉਹ ਤੋਂ ਵੀ ਪੁੱਛਿਆ, ਪਹਿਲਾਂ ਉਹਨੂੰ ਪੁੱਛਿਆ ਜਾਊਗਾ ਵੀ ਤੂੰ ਲੈ ਕੇ ਕਿੱਥੋਂ ਆਉਣਾ, ਫਿਰ ਜਿਹੜਾ ਵੇਚਣ ਵਾਲੇ ਦੇ ਘਰ ਤੱਕ ਪਹੁੰਚਿਆ ਜਾਊ। ਦੇਖੋ ਵੇਚਣ ਵਾਲੇ ਕੌਣ? ਉਹ ਵੀ ਸਾਡੇ ਮੁੰਡੇ। ਪੀਣ ਵਾਲੇ ਕੌਣ? ਉਹ ਵੀ ਸਾਡੇ ਮੁੰਡੇ। ਨੁਕਸਾਨ ਕਿਹਦਾ ਹੋ ਰਿਹਾ? ਉਹ ਵੀ ਸਾਡਾ ਹੀ ਹੋ ਰਿਹਾ। ਦੇਖੋ ਨਸ਼ਿਆਂ ਦੇ ਕਾਰਨ ਕਰਕੇ ਸਰੀਰ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗ ਰਹੀਆਂ ਕਿ ਉਹ ਜਿਹੜੀ ਨਸ਼ੇ ਕਰਨ ਵਾਲੇ ਦੀ, ਚਿੱਟੇ ਦੇ ਨਸ਼ੇ ਕਰਨ ਵਾਲੇ ਦੀ ਉਮਰ ਕਿੰਨੀ ਰਹਿ ਗਈ? 2 ਜਾਂ 4 ਸਾਲ। ਫਿਰ ਉਹਦਾ ਦੇਖੋ ਜਿਹੜਾ ਨਸ਼ਾ ਇਸ ਨਸ਼ੇ ਦੇ ਵਿੱਚ ਪੈ ਗਿਆ ਉਹਦਾ ਸਿਰਫ ਤੇ ਸਿਰਫ ਰਾਹ ਸਿਵਿਆਂ ਵੱਲ ਹੀ ਆ। ਕਿਉਂ ਮੁੰਡੇ ਬਾਹਰ ਨੂੰ ਜਾ ਰਹੇ ਆ? ਇਹੀ ਕਾਰਨ ਆ ਹਰੇਕ ਬੰਦੇ ਦੇ। ਅੱਗੇ ਤਾਂ ਜਿਹੜਾ ਨਸ਼ਾ ਕਰਦਾ ਸੀ ਲੋਕ ਕਹਿੰਦੇ ਸੀ ਆਪੇ ਫਲਾਣੇ ਦਾ ਕਰਦਾ, ਲੋਕ ਹੋਰ ਢੰਗ ਦੇ ਨਾਲ ਲੋਕਾਂ ਦੀ ਸੋਚਣੀ ਸੀ, ਪਰ ਅੱਜ ਲੋਕਾਂ ਦੀ ਸੋਚਣੀ ਇਹ ਆ ਵੀ ਦੇਖੋ ਜੇ ਕਿਸੇ ਦੇ ਘਰ ਅੱਗ ਲੱਗੀ ਪਤਾ ਨਹੀਂ ਉਹ ਕਦੋਂ ਸਾਡੇ ਘਰੇ ਵੀ ਆ ਕੇ ਵੜ ਜਾਣੀ ਆ। ਹੁਣ ਇਹ ਸਹੀ ਅਰਥਾਂ ਦੇ ਵਿੱਚ ਸਾਰੇ ਲੋਕ ਲਾਮਬੰਦ ਹੋਣ, ਅਸਲ 'ਚ ਇਹ ਬੇੜਾ ਇੱਕ ਆਉਣਾ ਹੀ ਸੀ, ਇਹ ਬੇੜਾ ਇੱਕ ਆਉਣਾ ਹੀ ਸੀ ਜਦੋਂ ਸਾਰੇ ਲੋਕਾਂ ਨੂੰ ਲਾਮਬੰਦ ਹੋਣਾ ਹੀ ਪੈਣਾ ਸੀ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਤੇ ਅਸੀਂ ਪੁਲਿਸ ਮਹਿਕਮੇ ਵੱਲੋਂ ਨਸ਼ਿਆਂ ਦੇ ਮੁੱਦੇ ਦੇ ਵਿੱਚ ਅਸੀਂ ਤੁਹਾਡੇ ਨਾਲ। ਅਤੇ ਬਾਕੀ ਬੜੀ ਖੁਸ਼ੀ ਦੀ ਇੱਕ ਹੋਰ ਗੱਲ ਆ ਵੀ ਦੇਖੋ ਅੱਜ ਮੈਨੂੰ ਵੱਧ ਖੁਸ਼ੀ ਇਸ ਗੱਲ ਦੀ ਲੱਗ ਰਹੀ ਆ ਵੀ ਚਲੋ ਜਿਹੜਾ ਘੋੜੀਆ ਖੁਰਦ ਕਿਸੇ ਮੁੱਦੇ 'ਤੇ ਤਾਂ ਇੱਕ ਹੋਇਆ, ਨਸ਼ਿਆਂ ਦੇ ਮੁੱਦੇ 'ਤੇ ਤਾਂ ਚਲੋ ਇੱਕ ਹੋਇਆ। ਮੇਰੇ ਮਨ ਦੀ ਦਿਲੀ ਇੱਛਾ ਸੀ ਬਈ ਚਲੋ ਹੁਣ ਜਿਹੜੇ ਇੱਕ ਮੇਰੀ ਹੋਰ ਵੀ ਬੇਨਤੀ ਮੰਨ ਲਓ, ਹੁਣ ਤੁਸੀਂ ਮੇਰੀ ਮੰਨ ਲਓ ਵੀ ਜਿਹੜੇ ਥੋੜ੍ਹੇ ਮੋਟੇ ਦੇਖੋ ਘੋੜੀਆ ਖੁਰਦ ਨੇ ਅੱਜ ਮੋਹਰੀ ਬਣ ਕੇ ਇਸ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਭੂਮਿਕਾ ਨਿਭਾਈ ਆ, ਅਤੇ ਬਾਕੀ ਪਿੰਡਾਂ ਦੇ ਜਿਹੜੇ ਮੇਰੇ ਪੰਚ ਸਰਪੰਚ ਜਿਨ੍ਹਾਂ ਨੇ ਇਹਦੇ ਵਿੱਚ ਲਾਮਬੰਦੀ ਦਿਖਾਈ ਆ ਉਹਨਾਂ ਦਾ ਵੀ ਬੜਾ ਧੰਨਵਾਦ। ਅਤੇ ਹੁਣ ਘੋੜੀਏ ਖੁਰਦ ਵਾਲਿਆਂ ਨੂੰ ਮੇਰੀ ਸਪੈਸ਼ਲ ਇੱਕ ਹੋਰ ਬੇਨਤੀ ਆ ਵੀ ਬਾਕੀ ਵੀ ਜਿਹੜੇ ਥੋੜ੍ਹੇ ਮੋਟੇ ਗਿਲੇ ਸ਼ਿਕਵੇ ਜੇ ਨਸ਼ਿਆਂ ਦੇ ਮੁੱਦੇ 'ਤੇ ਇੱਕ ਹੋ ਜਾਂਦੇ ਹੋ ਅਤੇ ਪਿੰਡ ਦੇ ਵਿਕਾਸ ਦੇ ਮੁੱਦੇ 'ਤੇ ਹੋਰ ਗਿਲੇ ਸ਼ਿਕਵੇ ਭੁੱਲ ਕੇ ਸਾਰੇ ਗੱਲਾਂ ਨੂੰ ਇੱਕ ਹੋ ਜਾਓ, ਇਹਦੇ ਲਈ ਹੁਣੇ ਜਕਾਰਾ ਹੋਣਾ ਚਾਹੀਦਾ। ਦੇਖੋ ਮੈਂ
ਸਾਡੇ ਤਿੰਨ ਥਾਣਿਆਂ ਦੇ SHO ਸਾਹਿਬ ਨੂੰ ਮੈਂ ਇਹ ਕਿਹਾ ਹੋਇਆ, ਹੁਕਮ ਕੀਤਾ ਹੋਇਆ ਬਈ ਦੇਖੋ ਜਿਹੜਾ ਤਾਂ ਪੀਣ ਵਾਲੇ ਨੂੰ ਲਿਆ ਕੇ ਪੁੱਛ ਗਿੱਛ ਕਰਕੇ ਉਹ ਕਿੱਥੋਂ ਲੈ ਕੇ ਆਉਂਦਾ ਉਹਦੇ ਤੱਕ ਪਹੁੰਚਣਾ, ਤੇ ਜਿਹੜਾ ਪੀਣ ਵਾਲਾ ਜੇ ਕੋਈ ਸਾਡੇ ਗ੍ਰਿਫਤ ਦੇ ਵਿੱਚ ਆ ਜਾਂਦਾ ਤਾਂ ਅਸੀਂ ਉਹਨਾਂ ਨੂੰ ਜਿਹੜੇ ਵੀ ਸੈਂਟਰ ਬਣੇ ਆ ਅਸੀਂ ਆਪ ਉੱਥੇ ਸਾਡਾ ਥਾਣੇਦਾਰ ਜਾਂ ਕੋਈ ਮੁਲਾਜ਼ਮ ਜਾ ਕੇ ਉਹਨਾਂ ਨੂੰ ਦਾਖਲ ਕਰਾਉਂਦਾ। ਆਹ ਪਿੱਛੇ ਤਿੰਨ ਬੰਦੇ ਅਸੀਂ ਬੁੱਟਰ ਕਲਾਂ ਤੋਂ ਲਿਆਂਦੇ ਫੜ ਕੇ ਪੀਣ ਵਾਲੇ, ਉਹਨਾਂ ਨੂੰ ਮੈਂ ਸਪੈਸ਼ਲ ਥਾਣੇਦਾਰ ਬੱਧਣੀ ਵਾਲਾ ਭੇਜ ਕੇ ਉੱਥੇ ਜਨੇਰ ਦਾਖਲ ਕਰਵਾਇਆ। ਤੇ ਫਿਰ ਆ SHO ਸਾਹਿਬ ਵੀ ਮੈਨੂੰ ਕੱਲ ਵੀ ਦੱਸਦੇ ਸੀ ਇਹਨਾਂ ਨੇ ਕੋਈ ਦੋ ਤਿੰਨ ਬੰਦੇ ਫੜੇ ਆ, ਇਹਨਾਂ ਨੂੰ ਮੈਂ ਇਹੀ ਕਿਹਾ, ਮੈਂ ਕਿਹਾ ਉਹਨਾਂ ਦਾ ਉਦੋਂ ਪਤਾ ਸੁਤਾ ਕਰਕੇ ਤੇ ਉਹਨਾਂ ਦੇ ਮਾਪਿਆਂ ਨੂੰ ਸੱਦ ਕੇ ਮਾਪਿਆਂ ਨੂੰ ਅਹਿਸਾਸ ਕਰਾ ਕੇ ਉਹਨਾਂ ਨੂੰ ਦਾਖਲ ਕਰਾਈਏ। ਜੇ ਹੁਣ ਆਪਾਂ ਪੀਣ ਵਾਲੇ ਤੇ ਵੀ ਕੋਈ ਇਹੋ ਜਿਹੀ ਕਾਰਵਾਈ ਕਰਾਂਗੇ ਤੇ ਉਹ ਮੇਰੇ ਹਿਸਾਬ ਨਾਲ ਕੋਈ ਇਨਸਾਫ ਵਾਲੀ ਗੱਲ ਨਹੀਂ। ਉਹ ਬੇਸ਼ੱਕ ਠੀਕ ਆ, ਉਹ ਪੀਣ ਕਰਕੇ ਕਈ ਕ੍ਰਿਤੀਆਂ ਦਾ ਉਹ ਵੀ ਸ਼ਾਇਦ ਸ਼ਿਕਾਰ ਹੋ ਗਿਆ ਹੁਣ, ਤੇ ਜਿਹੜਾ ਕੋਈ ਨਸ਼ੇ ਦੀ ਵਰਤੋਂ ਕਰ ਰਿਹਾ, ਮਹਿੰਗਾ ਨਸ਼ਾ, ਮਹਿੰਗੇ ਨਸ਼ੇ ਕਰਕੇ ਦੇਖੋ ਪਹਿਲਾਂ ਘਰੋਂ ਪੈਸੇ ਲਊਗਾ, ਥੋੜ੍ਹੇ ਥੋੜ੍ਹੇ ਲੈਂਦਾ ਉਹ, ਫਿਰ ਅਖੀਰ ਇੱਕ ਦਿਨ ਇਹੋ ਜਿਹਾ ਆ ਜਾਂਦਾ ਜਦੋਂ ਸਾਰੇ ਪੈਸੇ ਵਾਲੇ ਉਹਦੇ ਸਾਰੇ ਰਸਤੇ ਬੰਦ ਹੋ ਜਾਂਦੇ ਆ, ਫਿਰ ਉਹ ਗਲਤ ਪਾਸੇ ਤੁਰ ਪੈਂਦਾ। ਆਪਾਂ ਜਿਹੜਾ ਵਰਤੋਂ ਕਰ ਰਿਹਾ ਉਹਨੂੰ ਸਮਾਜ ਦਾ ਚੰਗਾ ਮੈਂਬਰ ਬਣਾਉਣਾ, ਨਸ਼ਾ ਛਡਾ ਕੇ ਉਹਨੂੰ ਸਮਾਜ ਦੇ ਮਤਲਬ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ, ਤੇ ਜਿਹੜਾ ਵੇਚਣ ਵਾਲਾ ਉਹ ਤੇ ਕਾਰਵਾਈ ਕਰਨੀ। ਇਹ ਠੀਕ ਆ, ਧੰਨਵਾਦ। ਹੋ ਸਕਦਾ ਮੈਂ ਆਪਣੇ ਤੌਰ ਤੇ ਜਾਂ SHO ਸਾਡੇ ਖੜੇ ਆ ਜਾਂ ਮੁਲਾਜ਼ਮ, ਮੈਂ ਆਪਣੇ ਤੌਰ ਤੇ ਵਿਸ਼ਵਾਸ ਦਿਵਾਉਣਾ ਬਈ ਸਾਡਾ ਕੋਈ ਨਸ਼ੇ ਤੇ ਕਿਸੇ ਪ੍ਰਕਾਰ ਦਾ ਵੀ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਉਹਨੂੰ ਨਾ ਤਾਂ ਸਾਡੇ ਵੱਲੋਂ ਕੋਈ ਰਹਿਤ ਆ ਤੇ ਨਾ ਹੀ ਸਾਡੇ ਉਹਨਾਂ ਨਾਲ ਮਿਲੀ ਭੁਗਤ ਹੋ। ਤੇ ਬਾਕੀਆਂ ਬਾਰੇ ਵੀ ਜੇ ਮੇਰਾ ਇਹ ਵਿਚਾਰ ਆ, ਜਿਵੇਂ ਹੁਣ ਤੁਸੀਂ ਸਾਰੇ ਲਾਮਬੰਦ ਹੋ ਗਏ ਤੇ ਬਾਕੀ ਮੁਲਾਜ਼ਮਾਂ ਦੇ ਦਿਨਾਂ ਦੇ ਵਿੱਚ ਵੀ ਜਦੋਂ ਤੁਹਾਡੀ ਲਾਮਬੰਦੀ ਸਾਡੇ ਸਾਹਮਣੇ ਆ ਗਈ, ਫਿਰ ਅਸੀਂ ਕੋਈ ਗਲਤ ਕੰਮ ਕਰਨ ਵਾਲੇ ਪਾਸੇ ਸੋਚ ਹੀ ਨਹੀਂ ਸਕਦੇ। ਨਾਲੇ ਬਾਕੀ ਸਾਨੂੰ ਅਫਸਰਾਂ ਤੋਂ ਬਹੁਤ ਸਖ਼ਤ ਹਦਾਇਤਾਂ, ਵੀ ਨਸ਼ੇ ਵਾਲਾ ਕੋਈ ਵੀ ਬੰਦਾ ਮਾਫੀ ਵਾਲੇ ਕਿਸੇ ਖਾਤੇ ਦੇ ਵਿੱਚ ਨਹੀਂ। ਜਾਂ ਤਾਂ ਅਫਸਰਾਂ ਦੇ ਸਾਨੂੰ ਹੁਕਮ ਆ ਵੀ ਜਾਂ ਤਾਂ ਨੌਕਰੀ ਕਰ ਲਓ ਤੇ ਜਾਂ ਫਿਰ ਦੂਸਰੇ ਪਾਸੇ ਉਹਨਾਂ ਦੀ ਮਦਦ ਕਰ ਲਓ। ਇਸ ਕਰਕੇ ਅਸੀਂ ਤਾਂ ਸਹੁੰ ਖਾਣ ਨੂੰ ਤਿਆਰ ਹਾਂ ਵੀ ਅਸੀਂ ਤੁਹਾਡੇ ਨਾਲ ਹਾਂ ਨਸ਼ਿਆਂ ਦੇ ਮੁੱਦੇ ਤੇ। ਅਸੀਂ ਸਮਾਜ ਦੇ ਵਿੱਚ ਜੇ ਪ੍ਰਮਾਤਮਾ ਨੇ ਸਾਨੂੰ ਇਹ ਵਰਦੀ ਬਖਸ਼ੀ ਆ, ਸਾਨੂੰ ਰੁਤਬਾ ਬਖਸ਼ਿਆ, ਸਾਨੂੰ ਮੌਕਾ ਮਿਲਿਆ ਤੁਹਾਡੀ ਸੇਵਾ ਕਰਨ ਦਾ, ਤੇ ਅਸੀਂ ਇਹ ਆਸ ਮਤਲਬ ਤਨੋਂ ਮਨੋਂ ਚਾਹੁੰਦੇ ਹਾਂ ਵੀ ਅਸੀਂ ਸੱਚੇ ਦਿਲ ਨਾਲ ਹੀ ਤੁਹਾਡੀ ਨਸ਼ਿਆਂ ਦੇ ਮੁੱਦੇ ਦੇ ਵਿੱਚ ਤੁਹਾਡੇ ਨਾਲ ਖੜੀਏ, ਤੁਹਾਡੀ ਮਦਦ ਕਰੀਏ। ਬਾਕੀ ਨਸ਼ਿਆਂ ਦੇ ਮੁੱਦੇ ਤੇ ਕਹਿਣ ਨੂੰ ਤਾਂ ਬਹੁਤ ਗੱਲਾਂ, ਉਹ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਵੀ ਕਿਹੜੇ ਨਸ਼ੇ ਦਾ ਕੀ ਨੁਕਸਾਨ, ਕਿਹੜੇ ਦਾ ਕੀ ਨੁਕਸਾਨ। ਮੈਂ ਤਾਂ ਤੁਹਾਨੂੰ ਇਸ ਗੱਲੋਂ ਵੀ ਤੁਹਾਨੂੰ ਤਕੀਦ ਕਰਦਾ ਵੀ ਆਹ ਦੇਖੋ ਸਰਕਾਰ ਨੇ ਠੇਕੇ ਖੋਲ੍ਹੇ ਆ, ਠੀਕ ਆ, ਜਿਹਨੇ ਪੀਣੀਆਂ ਉੱਥੋਂ ਸਰਕਾਰੀ ਤੌਰ 'ਤੇ ਪੀ ਸਕਦਾ। ਆਹ ਜਿਹੜੇ ਪਿੰਡਾਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਵੀ ਕਰਦੇ ਆ, ਹਰਿਆਣੇ ਤੋਂ ਲਿਆ ਕੇ ਵੇਚਦੇ ਆ, ਕਿਉਂਕਿ ਉਹ ਇੱਕ ਜ਼ਰੀਆ ਬਣ ਜਾਂਦਾ। ਪਹਿਲਾਂ ਉਹ ਸ਼ਰਾਬ ਵੇਚਦਾ, ਮੈਂ ਉਦਾਹਰਣ ਦੇ ਸਕਦਾ, ਜਲੰਧਰ ਵਾਲੇ ਪਾਸੇ ਮੈਂ ਨੌਕਰੀ ਕੀਤੀ, ਉਹ ਲੋਕ ਜਿਹੜੇ ਰਾਸਖ ਪਹਿਲਾਂ ਦਰਿਆਵਾਂ ਦੇ ਕੰਢਿਆਂ 'ਤੇ ਬੈਠੇ ਸੀ, ਪਹਿਲਾਂ ਭੱਠੀਆਂ ਲਾ ਕੇ ਸ਼ਰਾਬ ਦੀ ਕਸੀਰ ਕਰਦੇ ਸੀ। ਉਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ, ਕਿਉਂਕਿ ਉਹਨਾਂ ਨੂੰ ਪੈਸੇ ਆਮ ਲੋਕਾਂ ਨਾਲੋਂ ਵੱਧ ਬਣਦੇ ਸੀ, ਫਿਰ ਉਹ ਡੋਡੇ ਚੂਰਾ ਪੋਸਟ ਦਾ ਕੰਮ ਕਰਨ ਲੱਗ ਗਏ, ਕਿਉਂਕਿ ਡੋਡੇ ਚੂਰਾ ਪੋਸਟ ਵੱਡੀ ਮਿਕਦਾਰ ਦੇ ਵਿੱਚ ਹੁੰਦਾ, ਉਹਨੂੰ ਲੁਕਾਉਣਾ ਵੀ ਔਖਾ, ਫਿਰ ਉਹ ਕੰਮ ਕਰਦੇ ਰਹੇ। ਬਾਅਦ ਦੇ ਵਿੱਚ ਉਹ ਆਪਣੇ ਪੈਸੇ ਦੀ ਖਾਤਰ ਆ ਜਿਹੜਾ ਚਿੱਟੇ ਦੀ ਵਰਤੋਂ, ਕਿਉਂਕਿ ਚਿੱਟਾ ਤਾਂ ਹਰੇਕ ਬੰਦੇ ਦੀ ਜੇਬ ਦੇ ਵਿੱਚ ਆ ਸਕਦਾ, ਕਿਤੇ ਵੀ ਬੰਦਾ ਲੁਕੋ ਸਕਦਾ,
ਆਪਣੇ ਜਿਹੜਾ ਕਮੀਜ਼ ਦੇ ਕੱਪ ਦੇ ਵਿੱਚ ਵੀ ਲੁਕੋ ਸਕਦਾ। ਇਸ ਕਰਕੇ ਬਾਕੀ ਤੁਸੀਂ ਸਾਰੇ ਨਸ਼ਿਆਂ ਦੇ ਜਿਹੜੇ ਜਿਹੜੇ ਔਗਣਾਂ ਬਾਰੇ ਸਾਰੀ ਭਲੀ ਭਾਂਤ ਜਾਣਦੇ ਹੋ, ਸਾਰਿਆਂ ਨੇ ਵਿਸਤਾਰ ਦੇ ਨਾਲ ਵੀ ਦੱਸ ਚੁੱਕਿਆ। ਅਤੇ ਅੱਜ ਮੈਂ ਦਾਅਵੇ ਨਾਲ ਦੁਬਾਰਾ ਫਿਰ ਕਹਿੰਦਾ ਵੀ ਅੱਜ ਪੰਜਾਬ ਦੇ ਵਿੱਚੋਂ ਅੱਜ ਜਿਹੜਾ ਨਸ਼ਿਆਂ ਦੇ ਦੈਨ ਅਤੇ ਹਿੱਕ ਦੇ ਵਿੱਚ ਕਿੱਲ ਗੱਡਿਆ ਗਿਆ ਅਤੇ ਸ਼ੁਰੂਆਤ ਤੁਹਾਡੇ ਇੱਥੋਂ ਹੋ ਗਈ ਆ, ਅਤੇ ਸਾਰੇ ਪੰਜਾਬ ਦੇ ਵਿੱਚ ਇੱਦਾਂ ਹੀ ਲਾਮਬੰਦੀ ਹੁੰਦੀ ਗਈ। ਅਤੇ ਇੱਕ ਦਿਨ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਹੱਥ ਖੜਾ ਕਰਕੇ ਕਹਿ ਸਕਦੇ ਆ ਵੀ ਪੰਜਾਬ ਦੇ ਵਿੱਚੋਂ ਪੰਜਾਬ ਵਾਕਿਆ ਹੀ ਨਸ਼ਾ ਮੁਕਤ ਹੋ ਗਿਆ। ਮਿਹਰਬਾਨੀ, ਸ਼ੁਕਰੀਆ।